ਨਸ਼ਾ ਜਿਹੜਾ ਹਮੇਸ਼ਾ ਚੁਣਾਵੀ ਮੁੱਦਾ ਰਹਿੰਦਾ ਹੈ। ਇਸ ਵਾਰੀ ਜਲੰਧਰ ਬੈਸਟ ਬਾਈ ਇਲੈਕਸ਼ਨ ਹੈਗੀ ਹੈ, 10 ਤਰੀਕ ਨੂੰ ਵੋਟਾਂ ਪੈਣੀਆਂ। ਨਸ਼ਾ ਇਸ ਵਾਰੀ ਫਿਰ ਚੁਣਾਵੀ ਮੁੱਦਾ ਹੈਗਾ। ਆਮ ਆਦਮੀ ਪਾਰਟੀ ਨੇ ਜਿਹੜਾ ਦਾਅਵਾ ਕੀਤਾ ਹੈ ਕਿ 1 ਸਾਲ ਵਿੱਚ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ, ਇਸ ਦਾਅਵੇ 'ਚ ਕਿੰਨੀ ਕੁ ਸੱਚਾਈ ਆ? ਸਾਡੇ ਨਾਲ BJP ਦੇ ਬੜੇ ਸੀਨੀਅਰ ਲੀਡਰ ਆ, ਸਾਬਕਾ MLA ਆ, ਡਾਕਟਰ ਹਰਜੋਤ ਕਮਲ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਉਹਨਾਂ ਦਾ ਇਸ ਦੇ ਉੱਤੇ ਕੀ ਵਿਊ ਹੈ। ਸਰ, ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਨਸ਼ਾ ਪੰਜਾਬ ਵਿੱਚੋਂ 1 ਸਾਲ 'ਚ ਪੂਰੀ ਤਰ੍ਹਾਂ ਖਤਮ ਹੋ ਜਾਏਗਾ, ਤੁਹਾਡਾ ਕੀ ਕਹਿਣਾ, ਤੁਹਾਡਾ ਕੀ ਮੰਨਣਾ? ਥੈਂਕ ਯੂ ਦਿਨੇਸ਼ ਜੀ। ਕਰ ਦੇਣਗੇ ਖਤਮ ਉਹ ਜੀ, ਬਹੁਤ ਜ਼ੋਰ ਸ਼ੋਰ ਨਾਲ ਲੱਗੇ ਪਏ ਆ, ਦਿਨੇ ਖਾਣ ਵਾਲਾ, ਰਾਤ ਨੂੰ ਪੀਣ ਵਾਲਾ, ਪੂਰੀ ਵਰਤੋਂ ਕਰਦੇ ਪਏ ਆ, ਮੁਕਾ ਦੇਣਾ ਉਹਨਾਂ ਨੇ। ਅਸਲ ਦੇ ਵਿੱਚ ਚੁਣਾਵੀ ਆਪਾਂ ਇਹ ਕਹੀਏ ਵੀ ਖਾ ਪੀ ਕੇ ਖਤਮ ਹੋਏਗਾ, ਲੱਗਦਾ ਤਾਂ ਇੱਦਾਂ ਹੀ ਆ ਜਿਹੜੇ ਲੱਛਣ ਆ। ਅਦਰਵਾਈਜ਼ ਇਹ ਚੁਣਾਵੀ ਮੁੱਦਾ ਨਹੀਂ ਰਹਿ ਗਿਆ, ਹੁਣ ਤਾਂ ਇਹ ਹਰ ਚੋਣਾਂ ਦੇ ਵਿੱਚ ਇੱਕ ਜੁਮਲਾ ਬਣ ਕੇ ਰਹਿ ਗਿਆ ਜੀ। ਔਰ ਇਹ ਮੈਂ ਆਪਣੇ ਭਾਜਪਾ ਵੱਲੋਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਇਹ BJP ਦੀ ਸਰਕਾਰ ਪੰਜਾਬ 'ਚ ਜਦੋਂ ਆਊਗੀ ਤਾਂ ਜਿਸ ਤਰੀਕੇ ਨਾਲ UP ਦੇ ਵਿੱਚ ਜੋਗੀ ਜੀ ਨੇ ਗੈਂਗਵਾਰ ਗੈਂਗਸਟਰ ਖਤਮ ਕੀਤੇ ਆ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਦੋਂ ਉੱਦਾਂ ਦਾ ਹੀ ਕੋਈ ਮੁੱਖ ਮੰਤਰੀ ਆਊਗਾ, ਭਾਜਪਾ ਦੀ ਸਰਕਾਰ ਆਊਗੀ, ਇਹ ਜਿਹੜੀਆਂ ਨਿੱਤ ਦਿਨ ਦੀਆਂ ਵਾਰਦਾਤਾਂ, ਜਿਹੜੀਆਂ ਕਾਨੂੰਨ ਲੋ ਐਂਡ ਆਰਡਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੀ ਜਿਹੜੀ ਵਿਗੜੀ ਹੋਈ ਵਿਵਸਥਾ ਅਤੇ ਜਿਹੜਾ ਇਹ ਨਸ਼ਾ ਹੈ, ਫਿਰ ਹੀ ਖਤਮ ਹੋਣਾ। ਭਾਜਪਾ ਵੱਲੋਂ, ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਪੱਧਰ ਦੇ ਉੱਤੇ ਇੱਕ ਸੈਂਟਰ ਬਣਾਉਣ ਦਾ ਪ੍ਰਪੋਜ਼ਲ ਲਿਆਂਦੀ ਹੈ, ਔਰ ਜਿਹਦੇ ਨਾਲ ਅਸੀਂ ਸਮਝਦੇ ਹਾਂ ਕਿ ਉੱਦਾਂ ਦੀ ਕੋਈ ਸਕੀਮ ਲਿਆ ਕੇ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ। ਔਰ ਨਸ਼ੇ ਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਜਾਂ ਜਿਹੜੀਆਂ ਦੂਜੀਆਂ ਦਵਾਈਆਂ, ਉਹਨਾਂ ਇਕੱਲਿਆਂ ਨਾਲ ਨਹੀਂ ਖਤਮ ਕੀਤਾ ਜਾ ਸਕਦਾ। ਮੋਟੀਵੇਸ਼ਨ ਪਲੱਸ ਜਿਹੜੇ ਰੀਹੈਬਲੀਟੇਸ਼ਨ ਸੈਂਟਰਸ ਆ, ਉਹਨਾਂ ਦੇ ਵਿੱਚ ਬੱਚਿਆਂ ਨੂੰ ਰੱਖ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਫਿਰ ਇਹਨੂੰ ਮੁਕਾਇਆ ਜਾ ਸਕਦਾ, ਜਦਕਿ ਉੱਧਰ ਨੂੰ ਕੋਈ ਤਵੱਜੋ ਨਹੀਂ। ਸਿਰਫ ਆਮ ਆਦਮੀ ਕਲੀਨਿਕਾਂ ਤੱਕ ਅਸੀਂ ਜੇ ਰੱਖ ਲਵਾਂਗੇ ਤਾਂ ਫਿਰ ਨਸ਼ੇ ਵਾਲਿਆਂ ਨੂੰ ਅਸੀਂ ਇੱਕ ਨਸ਼ੇ ਤੋਂ ਕੱਢ ਕੇ ਦੂਜੇ 'ਤੇ ਲਾ ਸਕਦੇ ਹਾਂ, ਮੁਕਾਇਆ ਨਹੀਂ ਜਾ ਸਕਦਾ। ਸਰ, ਅੱਜ ਜਿਹੜੇ ਆ ਚੁਣਾਵ ਪ੍ਰਚਾਰ ਦਾ ਲਾਸਟ ਦਿਨ ਹੈਗਾ, ਹੁਣ 5 ਵਜੇ ਤੱਕ ਜਿਹੜਾ ਚੁਣਾਵ ਪ੍ਰਚਾਰ ਹੋ ਸਕਦਾ, ਇਸ ਸਮੇਂ 3 ਵਜ ਗਏ ਆ। ਤੁਸੀਂ ਪੂਰੇ ਏਰੀਏ 'ਚ ਪੂਰੇ ਸਕ੍ਰਿਯ ਰਹੇ ਹੋ, ਤੁਹਾਨੂੰ ਕੀ ਲੱਗਦਾ, ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਇੱਥੇ ਦੇਖਣ ਨੂੰ ਮਿਲਿਆ? ਪਹਿਲੀ ਗੱਲ ਤਾਂ ਦਿਨੇਸ਼ ਜੀ, ਜਿਹੜਾ ਸਾਰਿਆਂ ਨੂੰ ਪਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਆ, ਦਿੱਲੀ ਦੇ ਵਿੱਚ ਵੀ ਇਹਨਾਂ ਨੇ ਰਲ ਕੇ ਲੜੇ ਆ, ਔਰ ਇੱਥੇ ਵੀ ਇੱਕ ਦੂਜੇ ਦੇ ਪ੍ਰਤੀ ਜਿਹੜਾ ਇਹਨਾਂ ਦਾ ਸੌਫਟ ਕਾਰਨਰ ਆ, ਇੱਕ ਦੂਜੇ ਦੇ ਉੱਤੇ ਏਡੇ ਏਡੇ ਇਲਜ਼ਾਮ ਲਾ ਕੇ ਅਤੇ ਬਿਨਾਂ ਕੋਈ ਕਾਰਵਾਈ ਕੀਤਿਆਂ ਚੁੱਪ ਬੈਠੇ, ਇੱਥੋਂ ਲੋਕਾਂ ਨੂੰ ਪਤਾ ਆ ਵੀ ਇਹਨਾਂ ਦਾ ਆਪਸ ਵਿੱਚ ਹੀ ਸਮਝੌਤਾ ਹੋ ਚੁੱਕਿਆ। ਅੱਜ ਜੇ ਤੁਸੀਂ ਜਲੰਧਰ 'ਚ ਵੀ ਦੇਖੋ ਤਾਂ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸਪਸ਼ਟ ਰੂਪ ਵਿੱਚ ਦਿਖਦਾ। ਜਿੱਥੇ ਜਿੱਥੇ ਵੀ ਤੁਸੀਂ ਨਿਗਾਹ ਮਾਰੋਗੇ, ਤੁਹਾਨੂੰ ਆਮ ਆਦਮੀ ਪਾਰਟੀ ਦੇ, ਕਾਂਗਰਸ ਦੇ ਝੰਡੇ, ਉਹਨਾਂ ਦੇ ਬੈਨਰਸ, ਉਹਨਾਂ ਦੇ ਜਿਹੜੇ ਵੱਡੇ ਵੱਡੇ ਫਲੈਕਸ ਬੋਰਡ ਆ, ਉਹ ਤਾਂ ਦਿਸਣਗੇ, ਪਰ ਭਾਜਪਾ ਦਾ ਜਿੱਥੇ ਅਸੀਂ ਝੰਡਾ ਲਾਉਂਦੇ ਹਾਂ, ਜਿੱਥੇ ਫਲੈਕਸ ਲਾਉਂਦੇ, ਨਾਲ ਦੀ ਨਾਲ ਉਤਾਰ ਦਿੱਤਾ ਜਾਂਦਾ। ਸੋ ਇਹ ਇਹਨਾਂ ਦਾ ਇੱਕ ਡਬਲ ਚਿਹਰਾ ਆ। ਔਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਬੜਾ ਦੱਸ ਰਹੀ ਹੈ ਕਿ ਅਸੀਂ ਬੜੇ ਪੰਜਾਬ ਦੇ ਹਿਤੈਸ਼ੀ ਹਾਂ, ਪੰਜਾਬੀਆਂ ਨੂੰ ਪਤਾ ਆ ਕਿ ਕਾਂਗਰਸ ਨੇ ਪੰਜਾਬ ਦਾ ਕਿੰਨਾ ਕੁ ਨੁਕਸਾਨ ਕੀਤਾ, ਔਰ ਇੱਥੇ ਕਿੰਨੀਆਂ ਕੁ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ, ਚਾਹੇ ਉਹ ਆਮ ਆਦਮੀ ਪਾਰਟੀ ਆਈ ਹੈ, ਚਾਹੇ ਜਿਹੜੇ
ਡਿਬੜੂਗੜ੍ਹ ਜੇਲ੍ਹ ਜਾਣ ਵਾਲੇ ਅੰਮ੍ਰਿਤਪਾਲ ਵਰਗੇ ਆ, ਉਹ ਇਹਨਾਂ ਦੇ ਕਾਰਨ ਹੀ ਉਹ ਫੋਰਸਿਸ ਜਿਹੜੀਆਂ ਉਹਨਾਂ ਨੇ ਸਿਰ ਚੱਕਿਆ ਵਿਆ। ਔਰ ਅੱਜ ਆਮ ਆਦਮੀ ਪਾਰਟੀ 'ਚ ਵੀ ਲਾਅ ਐਂਡ ਆਰਡਰ 'ਤੇ ਸਾਰੇ ਤਰੀਕਿਆਂ ਨਾਲ ਫੇਲ ਹੈਗੀ ਹੈ। ਮੈਂ ਦੇਖਿਆ ਆ ਸਾਡੇ ਜਿਹੜੇ ਸੀਨੀਅਰ ਬੰਦੇ ਹੈਗੇ, ਵਰਕਰਸ ਹੈਗੇ ਆ ਸਾਡੇ ਜਿਹੜੇ ਮੰਡਲਾਂ ਦੇ ਉੱਤੇ, ਬਲਾਕ ਸਮਤੀਆਂ ਬਲਾਕਾਂ ਦੇ ਉੱਤੇ ਜਿਹੜੇ ਹੈਗੇ ਨੇ, ਉਹ ਲੋਕਾਂ ਦੇ ਉੱਤੇ ਬੂਥ ਲੈਵਲ ਤੱਕ ਕਿਸ ਤਰੀਕੇ ਨਾਲ ਇਹਨਾਂ ਦੇ MLA ਸਾਹਿਬਾਨ, ਇਹਨਾਂ ਦੇ ਸੀਨੀਅਰ ਲੀਡਰ, ਚਾਹੇ ਕੋਈ ਚੇਅਰਮੈਨ ਆ, ਕਿਵੇਂ ਦਬਾਅ ਪਾ ਰਹੇ ਆ। ਕੱਲ੍ਹ ਰਾਤ ਵੀ ਮੈਨੂੰ 10 ਵਜੇ ਤੱਕ ਦੱਸਿਆ ਕਿ ਉਹ ਪ੍ਰੈਸ਼ਰਾਈਜ਼ ਕਰਦੇ ਆ, ਕਿਸੇ ਦੇ ਘਰੇ ਜਾ ਕੇ ਬਹਿ ਜਾਂਦੇ ਆ, ਕਿਸੇ ਨੂੰ ਕਿਸੇ ਤਰ੍ਹਾਂ ਦਬੋਚ ਰਹੇ ਆ। ਔਰ ਅੱਜ ਵੀ ਉਹਨਾਂ ਦਾ ਹਰ ਹੀਲੇ ਕੋਸ਼ਿਸ਼ ਹੈ ਕਿ ਜਿੱਥੇ ਜਿੱਥੇ ਭਾਜਪਾ ਦੇ ਸਟਰੋਂਗ ਬੰਦੇ ਬੈਠੇ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਭਾਜਪਾ 'ਚੋਂ ਕੱਢ ਕੇ ਝਾੜੂ 'ਚ ਸ਼ਾਮਿਲ ਕਰਾਇਆ ਜਾਵੇ। ਸੋ ਮੈਂ ਇਲੈਕਸ਼ਨ ਕਮਿਸ਼ਨਰ ਔਰ ਜਿਹੜੇ ਅਬਜ਼ਰਵਰਸ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਤੁਸੀਂ ਇਸ ਚੋਣ ਨੂੰ ਬਿਲਕੁਲ ਪਾਰਦਰਸ਼ੀ ਢੰਗ ਨਾਲ ਕਰਾਉਣ ਵਾਸਤੇ ਸੁਹਿਰਦ ਯਤਨ ਕਰੋ। ਜਿਹੜੇ ਲੋਕਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਉਹਨਾਂ ਦਾ ਨੋਟਿਸ ਲਓ। ਔਰ ਦੂਜਾ ਮੈਂ ਇਹ ਵੀ ਕਹੂੰਗਾ ਕਿ ਅੱਜ ਜਿਵੇਂ ਜਿਹੜਾ ਇਹ 5 ਵਜੇ ਨੂੰ ਚੋਣ ਮੁਹਿੰਮ ਹਰ ਤਰੀਕੇ ਨਾਲ ਖਤਮ ਹੋ ਜਾਣੀ ਹੈ, ਅਸੀਂ ਸਾਰੇ ਵੀ ਇੱਥੋਂ ਜਾ ਰਹੇ ਹਾਂ। ਔਰ ਇਹ ਚੋਣ ਕਮਿਸ਼ਨਰ ਅਬਜ਼ਰਵਰਸ ਨੂੰ ਸੁਨਿਸ਼ਚਿਤ ਕਰਨ ਕਿ ਜਿਹੜੀ ਸਰਕਾਰ ਦੇ ਪੱਖ ਦੇ ਬੰਦੇ ਆ ਉਹ ਵੀ ਇੱਥੋਂ 5 ਵਜੇ ਨੂੰ ਚਲੇ ਜਾਣ, ਤਾਂ ਕਿ ਜਿਹੜੀ ਇਹ ਇਲੈਕਸ਼ਨ ਹੈ ਫੇਰ ਅਤੇ ਪਾਰਦਰਸ਼ਤਾ ਨਾਲ ਹੋਵੇ। ਚਲੋ, ਥੈਂਕ ਯੂ ਸਰ। ਇਹ ਸੀਗੇ ਹਰਜੋਤ ਕਮਲ ਸਿੰਘ ਜੀ, ਜਿਹੜੇ ਕਿ ਪੰਜਾਬ BJP ਦੇ ਬੜੇ ਸੀਨੀਅਰ ਲੀਡਰ ਆ, ਸਾਬਕਾ ਵਿਧਾਇਕ ਆ। ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਵੈਸਟ ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਇਹ ਸਾਫ਼ ਸੁਥਰੇ ਢੰਗ ਨਾਲ ਹੋਣੇ ਚਾਹੀਦੇ ਆ। ਇਸ ਦੀ ਜ਼ਿੰਮੇਵਾਰੀ ਜਿਹੜੀ ਆ ਇਹ ਇਲੈਕਸ਼ਨ ਓਬਜ਼ਰਵਰ ਦੇ ਉੱਤੇ ਆ, ਇਲੈਕਸ਼ਨ ਔਫਿਸਰ ਦੇ ਉੱਤੇ ਆ। ਔਰ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਉਹ ਇਸ ਸੰਬੰਧ ਵਿੱਚ ਐਕਸ਼ਨ ਲੈਣ ਤਾਂ ਕਿ ਚੁਣਾਵ ਜਿਹੜੇ ਆ ਫੇਰ ਹੋ ਸਕਣ। ਮੈਂ ਦਿਨੇਸ਼ ਕੋਲ, ਕੈਮਰਾਮੈਨ ਸੁਮਿਤ ਦੇ ਨਾਲ, ਥੈਂਕਸ ਫੋਰ ਵਾਚਿੰਗ ਵਿਲੀ ਜਲੰਧਰ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।